ਸਭ ਤੋਂ ਪਹਿਲਾਂ ਤਾਂ ਸਰਕਾਰ ਨੂੰ ਇੰਟਰਵੀਨ ਕਰਕੇ ਉਹਦੀ ਪ੍ਰੋਡਕਟ ਜਿਹੜੀ ਹੈ ਮਾਰਕੀਟ 'ਚ ਆ ਰਹੀ ਉਹਨੂੰ ਪ੍ਰੋਪਰ ਢੰਗ ਨਾਲ ਖਰੀਦ ਲਿਆ ਜਾਵੇ ਅਤੇ 60% ਮੁਸ਼ਕਲਾਂ ਖਤਮ ਹੋ ਜਾਂਦੀਆਂ। ਦੂਸਰੇ ਪਾਸੇ ਜਦੋਂ ਤੱਕ ਇਹ ਹੋ ਰਿਹਾ ਉਦੋਂ ਤੱਕ ਉਹਦੀ ਪ੍ਰੋਡਕਸ਼ਨ ਪਰ ਏਕੜ ਪੈਦਾਵਾਰ ਵਧਾਉਣ ਲਈ ਨਵੇਂ ਸੋਧੇ ਬੀਜ ਅਤੇ ਨਵੀਂ ਮਸ਼ੀਨਰੀ ਲਈ ਸਰਕਾਰ ਹੀ ਇੰਟਰਵੀਨ ਕਰ ਸਕਦੀ, ਕਿਸਾਨ ਨਹੀਂ ਕਰ ਸਕਦਾ। ਤੀਸਰਾ, ਉਹਨੂੰ ਜਿਹੜੀ ਨਵੀਂ ਤਕਨੀਕ ਹੈ ਉਹ ਫਾਰਮ ਲੈਵਲ ਤੱਕ ਪਹੁੰਚਾਓ। ਉਹ ਕਿਸ ਤਰ੍ਹਾਂ ਪਹੁੰਚੇਗੀ ਜਦੋਂ ਸਟੇਟਾਂ ਦੇ ਵਿੱਚ ਐਗਰੀਕਲਚਰ ਮਹਿਕਮੇ ਅੱਜ ਕਿਤੇ ਕਿਤੇ ਤਾਂ 50% ਤੱਕ ਸਟਾਫ ਦੀ ਸ਼ੋਰਟੇਜ ਹੈ, ਅਤੇ ਪਹੁੰਚਣਾ ਕੀ ਹੈ? ਜੋ ਖੇਤੀਬਾੜੀ ਦੀ ਰਿਸਰਚ ਆ ਉਹ ਤਾਂ ਪਹੁੰਚ ਹੀ ਨਹੀਂ ਆ ਕਿਸਾਨ ਤੱਕ। ਇਹ ਤਿੰਨ ਚੀਜ਼ਾਂ ਜਦੋਂ ਤੱਕ ਪ੍ਰਾਇਮਰੀਲੀ ਸਰਕਾਰ ਨਹੀਂ ਦਖਲ ਦੇਏਗੀ ਕੁਝ ਨਹੀਂ ਹੋਣ ਵਾਲਾ। ਲੇਕਿਨ ਹੁਣ ਜਿਹੜੀ ਮੁਸ਼ਕਲ ਆ ਗਈ ਹੈ, ਦੁਨੀਆ ਦਾ ਸਭ ਤੋਂ ਵੱਡਾ ਆਬਾਦੀ ਵਾਲਾ ਦੇਸ਼ ਹੈ ਅਤੇ ਉੱਤੋਂ ਸਭ ਤੋਂ ਵੱਧ ਨੌਜਵਾਨ ਦੇਸ਼ ਹੈ। 50% ਪਾਪੂਲੇਸ਼ਨ ਸਾਡੀ 25 ਸਾਲ ਤੋਂ ਥੱਲੇ ਆ। ਜੇ ਉਹਨੂੰ ਕਿਸੇ ਪਾਸੇ ਸਹੀ ਢੰਗ ਨਾਲ ਨਹੀਂ ਜੋੜੋਗੇ, ਕਿੱਥੋਂ ਇੰਨੀਆਂ ਨੌਕਰੀਆਂ ਸਰਕਾਰ ਪੈਦਾ ਨਹੀਂ ਕਰ ਪਾ ਰਹੀ? 2 ਕਰੋੜ ਪਰ ਸਾਲ ਦਾ ਵਾਅਦਾ ਸੀ ਅਤੇ ਹੁਣ ਤੱਕ 18 ਕਰੋੜ ਨੌਕਰੀ ਦੇ ਦਿੱਤੀ ਜਾਣੀ ਚਾਹੀਦੀ ਸੀ। ਸਰਕਾਰ ਦਾ ਆਪਣਾ ਡਾਟਾ ਕਹਿ ਰਿਹਾ ਕਿ 18 ਕਰੋੜ ਜਿਹੜੀ ਨੌਕਰੀ ਦਾ ਵਾਅਦਾ ਸੀ ਉਹਦੇ ਅਗੇਂਸਟ 22 ਕਰੋੜ ਐਪਲੀਕੇਸ਼ਨ ਡਿਪਾਰਟਮੈਂਟ ਆਫ ਪਰਸੋਨਲ ਦੇ ਪੋਰਟਲ 'ਤੇ ਰਿਸੀਵ ਹੋਈ ਹੈ ਅਤੇ ਨੌਕਰੀਆਂ ਮਿਲੀਆਂ 7,25,000। ਅਤੇ ਇਹ ਕਿਸਾਨੀ ਵਾਲੀ ਧਿਆਨ ਦੇ ਲਓ, ਐਗਰੀਕਲਚਰ ਵਾਲੀ ਦੇ ਲਓ, ਫਾਰਮ ਲੈਵਲ 'ਤੇ ਇੰਪਲੋਇਮੈਂਟ ਜਨਰੇਸ਼ਨ ਹੋ ਜਾਏਗੀ, ਉੱਥੇ ਹੀ ਪ੍ਰਾਇਮਰੀ ਪ੍ਰੋਸੈਸਿੰਗ ਕਰ ਲਓ, ਇਸ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਅੱਛਾ ਚੀਮਾ ਸਾਹਿਬ, ਜਦੋਂ ਅਸੀਂ ਡਾਇਵਰਸੀਫਿਕੇਸ਼ਨ ਦੀ ਕਿਉਂਕਿ ਗੱਲ ਕਰ ਰਹੇ ਸੀਗੇ, ਅਸੀਂ ਪੰਜਾਬ ਦੇ ਕਈ ਫਾਰਮਰਸ ਦੇਖ ਰਹੇ ਹਾਂ ਕੇਸਰ ਦੀ ਖੇਤੀ ਕਰ ਰਹੇ ਨੇ, ਸ਼੍ਰਿਮਸ ਦੀ ਖੇਤੀ ਕਰ ਰਹੇ ਨੇ, ਤੁਹਾਨੂੰ ਲੱਗਦਾ ਕਿ ਥੋੜ੍ਹੀ ਬਹੁਤ ਡਾਇਵਰਸੀਫਿਕੇਸ਼ਨ ਜਿਹੜੇ ਕਿਸਾਨ ਕਰ ਪਾ ਰਹੇ ਨੇ ਉਹਨਾਂ ਲਈ ਕਿਸਾਨੀ ਜਿਹੜੀ ਉਹ ਲਾਹੇਵੰਦ ਵੀ ਹੋ ਰਹੀ ਹੈ? ਕਿੰਨੇ ਪਰਸੈਂਟ ਨੇ ਜੀ? ਚੰਦ ਉਂਗਲੀਆਂ ਦੇ ਗਿਣੇ ਜਾ ਸਕਦੇ ਨੇ। 12.5 ਲੱਖ ਕਿਸਾਨੀ ਪਰਿਵਾਰ ਹੈ। ਜਦੋਂ ਤੱਕ ਮਾਸ ਮੂਵਮੈਂਟ ਡਾਇਵਰਸੀਫਿਕੇਸ਼ਨ ਦੀ ਨਹੀਂ ਬਣੇਗੀ, ਐਗਰੀ ਪ੍ਰੋਸੈਸਿੰਗ ਨਹੀਂ ਹੋਏਗੀ, ਉਦੋਂ ਤੱਕ ਡਾਇਵਰਸੀਫਿਕੇਸ਼ਨ ਬਿਲਕੁਲ ਨਹੀਂ ਹੋ ਸਕਦੀ। ਸਿਰਫ ਇੱਕ ਮਿੱਥ ਆ, ਲੋਕਾਂ ਦੀ ਟਾਕਿੰਗ ਪੁਆਇੰਟ ਆ, ਵੱਡੇ ਪੋਲਿਸੀ ਮੇਕਰਸ ਲਈ ਇੱਕ ਡਿਸਕਸ਼ਨ ਪੁਆਇੰਟ ਹੈ, ਨਥਿੰਗ ਮੋਰ ਦੈਨ ਦੈਟ। ਡਾਇਵਰਸੀਫਾਈ ਹੋਇਆ ਕੈਸ਼ ਕਰੋਪ, ਗੰਨੇ ਦਾ ਕੀ ਹਾਲ ਹੈ? ਮੂੰਗੀ ਬੀਜੀ ਹੈ, ਕਿਹਨੂੰ MSP ਮਿਲਿਆ? ਉਸ ਤੋਂ ਬਾਅਦ ਪ੍ਰੋਸੈਸਿੰਗ ਲਈ ਕਿੰਨੀ ਕੁ ਇੰਡਸਟਰੀ ਲੱਗੀ ਹੈ ਫੂਡ ਅਤੇ ਐਗਰੀ ਪ੍ਰੋਸੈਸਿੰਗ ਲਈ? ਇੱਥੋਂ ਸਾਡਾ ਮਿਲਕ ਪਾਊਡਰ ਬਣ ਕੇ ਡਾਊਨ ਸਾਊਥ ਜਾਂਦਾ ਹੈ, ਕਣਕ ਸਾਡੀ ਇੱਥੋਂ ਡਾਊਨ ਸਾਊਥ ਜਾ ਕੇ ਬਿਸਕਿਟ ਬਣ ਕੇ ਇੱਥੇ ਕੁਇੰਟਲਾਂ ਦੇ ਹਿਸਾਬ ਅਤੇ ਟਨਾਂ ਦੇ ਹਿਸਾਬ ਖਰੀਦ ਕੇ ਗ੍ਰਾਮਾਂ ਦੇ ਹਿਸਾਬ ਵਿਕਦੇ ਨੇ। ਜਦੋਂ ਤੱਕ ਡਾਇਵਰਸੀਫਿਕੇਸ਼ਨ ਲਈ ਸਰਕਾਰ ਦਾ ਯੋਗਦਾਨ ਅਤੇ ਨੇਕ ਨੀਤੀ ਨਹੀਂ ਹੋਏਗੀ ਅਤੇ ਕਿਸਾਨਾਂ ਦਾ ਆਪਣਾ ਪੋਲੀਟੀਕਲ ਦਖਲ ਨਹੀਂ ਹੋਏਗਾ, ਪੋਲਿਸੀ ਮੇਕਰ ਦੇ ਵਿੱਚ ਕੁਛ ਨਹੀਂ ਹੋਣ ਵਾਲਾ।